ਸਮਾਹੀ ਤੇ ਅਸੀਂ ਆਉਣਾ ਹੈ, ਔਰ ਜੇਕਰ ਤੁਸੀਂ ਸਾਨੂੰ ਸਾਡੀ ਸਮੱਸਿਆ ਨਹੀਂ ਨਾ ਸੁਣਨੀ ਇੱਥੇ ਖੜ ਕੇ ਬਹਿ ਕੇ, ਫਿਰ ਮੇਲੇ ਲਾਏ ਦਾ ਫਾਇਦਾ ਕੋਈ ਨਹੀਂ, ਫਿਰ ਆਪਣੀ ਤਕਰਾਰ ਵਧੂਗੀ। ਇਹ ਗੱਲ ਨੂੰ ਨੋਟ ਕਰ ਲਓ ਆਪਦੀਆਂ ਡਾਇਰੀਆਂ 'ਚ। ਕੇਵਲ ਅਸੀਂ ਤੁਸੀਂ ਆਪਦੀਆਂ ਖੋਜਾਂ ਸਾਨੂੰ ਦੱਸ ਗਏ, ਉਹਦੇ 'ਚੋਂ ਸਮੱਸਿਆਵਾਂ ਕੀ ਉਪਜੀਆਂ ਉਹ ਨਹੀਂ ਅਸੀਂ ਦੱਸਣੀਆਂ। ਹੈਪੀ ਸੀਡਰ ਨਾਲ ਕਣਕ ਬਿਜਾਈ, ਕਿੰਨੇ ਕਿਸਾਨਾਂ ਦੇ ਖੇਤ ਜਾ ਕੇ ਦੇਖੇ ਤੁਹਾਡੇ ਡਾਕਟਰਾਂ ਨੇ, ਵੀਡੀਓ ਵਾਇਰਲ ਹੋ ਗਈ, ਕਹਿ ਵੀਡੀਓ ਵਾਇਰਲ ਹੋਈਆਂ, ਬਾਣ ਰਹਿ ਗਏ ਕਈਆਂ ਦੇ, ਸਾਨੂੰ ਨਹੀਂ ਪਤਾ ਕੀ ਨੁਕਸ ਸੀ, ਤੁਸੀਂ ਜਾ ਕੇ ਦੇਖਿਆ ਤੁਹਾਡੇ ਕਿਸੇ ਨੇ? ਮੈਂ ਦੁਬਾਰਾ ਫਿਰ ਗੱਲ ਦੁਹਰਾ ਦਿਆਂ, ਪਿਛਲੇ ਮੇਲੇ 'ਚ ਸ਼ਾਇਦ ਤੁਸੀਂ ਸਟੇਜ ਤੋਂ ਭੱਜ ਗਏ ਸੀ, ਨਹੀਂ ਸੀ ਤੁਹਾਨੂੰ ਸੁਣੀ ਕਿ ਜਿਹੜੇ ਹੈਪੀ ਸੀਡਰਾਂ ਦੀ ਤੁਸੀਂ ਗੱਲ ਕਰਦੇ ਹੋ ਨਾ, ਜਿਹੜੀਆਂ ਫਰਮਾ ਅਪਰੂਵਡ ਹੈ, ਉਹ ਕਿਸਾਨਾਂ ਦੀ ਛਿੱਲ ਲਾ ਰਹੀਆਂ। ਤੁਸੀਂ SMS ਆਖਿਆ ਮਸ਼ੀਨਾਂ ਮਗਰ ਲਵਾ ਲਓ, ਕੰਬਾਈਨਾਂ ਮਗਰ, ਜਿਹੜੀਆਂ ਫਰਮਾ ਅਪਰੂਵਡ ਹੈ ਉਹ ਕਿਸਾਨਾਂ ਦੀ ਛਿੱਲ ਲਾ ਰਹੀਆਂ। ਕਿਸਾਨ ਨੇ ਸਾਰਾ ਮਾਰਕੀਟ ਦੇ ਵਿੱਚ ਦੇਖਿਆ ਜੋ ਹੋ ਰਿਹਾ, ਜਿਹੜਾ ਲੋਹਾ ਕੋਈ ਔਜ਼ਾਰ ਮਸ਼ੀਨ ਮਗਰ ਲੱਗਣਾ, ਉਹ ਜੇ ਗੈਰ ਮਾਨਤਾ ਪ੍ਰਾਪਤ ਫਰਮ ਤੋਂ ਲਵਾਈਏ, ਉਹ ਸਾਰਾ 40-45 ਹਜ਼ਾਰ ਦਾ ਹੈ, ਅਤੇ ਤੁਹਾਡੀ ਜਿਹੜੀ ਫਰਮ ਹੈ ਜਿਹਨੂੰ ਤੁਸੀਂ ਮਾਨਤਾ ਦਿੱਤੀ ਉਹ 1.25 ਲੱਖ 'ਚ ਲਾਉਂਦੀ ਹੈ, ਸਾਡੀ ਸਬਸਿਡੀ ਕਿੱਥੇ ਚਲੀ ਗਈ? ਇਹੀ ਹਾਲ ਹੈਪੀ ਸੀਡਰ ਦਾ, ਜਿਹੜਾ ਹੈਪੀ ਸੀਡਰ ਬਾਜ਼ਾਰ 'ਚੋਂ ਅਨਪਰੂਵਡ ਫਰਮ ਤੋਂ ਮਿਲਦਾ ਹੈ, ਉਹ ਸਾਰਾ 40-50-60-65 ਹਜ਼ਾਰ ਦਾ, ਤੁਹਾਡੀ ਅਪਰੂਵਡ ਫਰਮ ਉਹਨੂੰ 1.5-2 ਲੱਖ ਦਾ ਦਿੰਦੀ ਹੈ। ਛਿੱਲ ਨਹੀਂ ਲੈ ਰਹੀ ਸਾਡੀ, ਤੁਸੀਂ ਕਿਹੜੀ ਨਿੰਦੇ ਸੁੱਤੇ ਹੋਏ ਹੋ? ਦੂਸਰੀ ਗੱਲ, ਆ ਜਿਹੜਾ ਰੋਟਾਵੇਟਰ ਸੀ, ਇਹ ਆਮ ਕਿਸਾਨ ਦੀ ਪਹੁੰਚ ਸੀ, ਕੋਈ 1 ਲੱਖ ਰੁਪਏ ਦੀ ਚੀਜ਼ ਹੈ, ਇਹਦੇ ਤੋਂ ਸਬਸਿਡੀ ਬੰਦ ਕਰਤੀ ਤੁਸੀਂ। ਆ ਵੇਲਰ ਤੋਂ ਜਿਹੜੀਆਂ ਗੱਠਾਂ ਬੰਨਦੀ ਸੀ, ਉਹਦੇ ਤੋਂ ਸਬਸਿਡੀ ਬੰਦ ਕਰਤੀ। ਇਹਨਾਂ ਚੀਜ਼ਾਂ ਨੂੰ ਨੋਟ ਕਰੋ, ਭੱਜੋ ਨਾ। ਹੁਣ ਜਿਹੜੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਹੈ, ਕਿਸਾਨ ਦੀ ਛਿੱਲ ਵੇਖੋ ਲੈਂਦੀ, ਪਰਾਲੀ ਚੱਕਣ ਵਾਲਾ ਨਾਲੇ ਤਾਂ ਫੈਕਟਰੀ ਨੂੰ ਪਰਾਲੀ ਦੇਣ ਤੋਂ ਪੈਸੇ ਲੈ ਰਿਹਾ, ਨਾਲੇ ਕਿਸਾਨ ਤੋਂ ਲਈ ਜਾਂਦਾ। ਅਸੀਂ ਕਿਤੇ ਕੁ ਮਾਲਾ ਮਾਲ ਕਰਤੇ ਤੁਸੀਂ? ਇਸ ਖੇਤੀ ਨੂੰ ਅਪਣਾਇਆ ਅਸੀਂ, ਠੀਕ ਹੈ, ਅਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੈ। ਤੁਸੀਂ ਖੋਜਾਂ ਕੀਤੀਆਂ, ਮੁਲਕ ਭੁੱਖਾ ਮਰਦਾ ਸੀ, ਲੋੜ ਸੀ ਦੇਸ਼ ਦੀ, ਅਸੀਂ ਇਹ ਖੇਤੀ ਲੈ ਲਈ, ਅਪਣਾ ਲਈ, ਅੱਜ ਇਸ ਖੇਤੀ 'ਚੋਂ ਸਾਡੀ ਮੌਤ ਉਪਜੀ ਹੈ, ਅਸੀਂ ਸਲਵਾਸ ਦੀਆਂ ਗੋਲੀਆਂ ਖਾਣ ਲਈ ਮਜਬੂਰ ਹੋਏ ਹਾਂ ਇਸ ਖੇਤੀ 'ਚੋਂ। ਡਾਕਟਰ ਸਾਹਿਬ ਜਿਹੜੇ ਆਪਣੇ ਹਰਿਆਣੇ ਵਾਲੇ ਸੀ, ਉਹ ਗੱਲ ਕਰਕੇ ਗਏ ਆ ਸਾਰੀ ਇਹ। ਇਸ ਕਰਕੇ ਭੱਜੋ ਨਾ। ਪਾਣੀ ਦੀ ਗੱਲ ਕਰ ਲਈ, ਆ ਸਾਰੀਆਂ ਗੱਲਾਂ ਐਂ ਨਹੀਂ ਹੋਣੀਆਂ, ਇਹਨੂੰ ਮੰਚ 'ਤੇ ਬਹਿ ਕੇ ਵੇਖਣਾ ਪਊਗਾ। ਪਾਣੀ ਦੀ ਗੱਲ ਕਰ ਲਈ, ਕਿਸਾਨ ਖੈ, ਵਾਤਾਵਰਨ ਜੀ ਤੁਸੀਂ ਪ੍ਰਦੂਸ਼ਿਤ ਕਰਤਾ, ਤੁਸੀਂ ਪਾਣੀ ਮੁਕਾਤਾ, ਅਸੀਂ ਪਾਣੀ ਦੀਆਂ ਬੋਤਲਾਂ ਭਰ ਕੇ ਮਾਰਕੀਟ 'ਚ ਵੇਚਤੀਆਂ, ਭੁੱਖੇ ਮਰਦੇ ਮੁਲਕ ਦਾ ਅਸੀਂ ਢਿੱਡ ਭਰਿਆ। 60-70% ਕੇਂਦਰੀ ਪੂਲ ਦੇ ਵਿੱਚ ਕੇਵਲ ਪੰਜਾਬ ਦੇ ਕਿਸਾਨ ਨੇ ਹਿੱਸਾ ਪਾਇਆ, ਔਰ ਬਦਨਾਮ ਕਰਨਾ ਸੌਖਾ ਹੈ। ਤੁਸੀਂ ਨੀਤੀ ਪਾਲਿਸੀ ਇੱਕ ਘੜ ਦਿੰਦੇ, ਉਹਦੇ ਰਿਜ਼ਲਟ ਨਹੀਂ ਮਿਲਦੇਗੇ। ਹੁਣ ਤੁਸੀਂ ਕਹਿਤਾ ਵੀ ਜਿਹੜਾ ਝੋਨਾ 20 ਜੂਨ ਤੋਂ ਪਹਿਲਾਂ ਨਾ ਲਾਇਓ, ਅਸੀਂ ਕਿਉਂ ਰੌਲਾ ਪਾਇਆ? ਜਦੋਂ 20 ਜੂਨ ਨੂੰ ਝੋਨਾ ਲੱਗਿਆ, ਸਾਡੇ ਝੋਨੇ ਦੀ ਫਸਲ ਨੂੰ ਪੱਕਦੇ ਨੂੰ ਨਵੰਬਰ ਚੜ੍ਹ ਗਿਆ, ਜਿਹੜੀਆਂ ਵੱਧ ਝਾੜ ਦੇਣੀਆਂ ਵਾਲੀਆਂ ਕਿਸਮਾਂ, ਜਿਹਨਾਂ ਨੂੰ ਤੁਸੀਂ ਕਹਿੰਦੇ ਲਾਓ ਨਾ, ਸਾਡੀ ਮਜਬੂਰੀ ਹੈ, ਸਾਡੀਆਂ ਮਜਬੂਰੀਆਂ ਹੈ, ਕਿਉਂਕਿ ਅਸੀਂ ਇੱਕ ਖੂੰਜਾ ਵੀ ਖੇਤੀ ਦਾ ਮਾੜਾ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਸਾਡੇ ਆਹ ਹਾਲਾਤ ਹੈ, 5 ਮਣ ਵੀ ਝੋਨਾ ਸਾਡਾ ਕਿੱਲੇ ਦਾ ਘੱਟ ਜਾਂਦਾ ਨਾ, ਤਾਂ ਪਤਾ ਨਹੀਂ ਕਿੰਨੇ ਕਿਸਾਨ ਸਾਡੇ ਮਰਦੇ ਹੈ। ਤਾਂ ਉੱਥੇ ਫਿਰ ਕੀ ਹੈ, ਜਦੋਂ ਨਵੰਬਰ ਤੱਕ ਉਹ ਕਿਸਮਾਂ ਨੂੰ ਪੱਕਦੀਆਂ ਨੂੰ ਟਾਈਮ ਲੱਗਦਾ, ਤਾਂ ਫਿਰ
ਉੱਥੇ ਜਿਹੜੀ ਕਣਕ ਦੀ ਬਿਜਾਈ ਆ ਤੁਹਾਡੀ ਕਿਤਾਬ ਕਹੀ ਜਾਂਦੀ ਆ 15 ਨਵੰਬਰ ਤੋਂ ਪਹਿਲਾਂ ਪਹਿਲਾਂ ਗੇਤੀਆਂ ਕਸਮ ਕਲੀਅਰ ਕਰ ਲਓ ਹੁੰਦੀਆਂ ਨਹੀਂ। ਪਰਾਲੀ ਵੀ ਅਸੀਂ ਗਾਲ ਲਈਏ, ਝੋਨਾ ਤੁਸੀਂ ਨਹੀਂ ਟਾਈਮ ਨਾਲ ਲਾਉਣ ਦਿੱਤਾ, ਔਰ ਉਹ ਵੇਚਣ ਵੇਲੇ ਵੇਖੋ ਕਿੰਨਾ ਸ਼ੋਸ਼ਣ ਹੋਇਆ ਹੈ। ਕਿਤੇ ਪੁੱਛੋ ਕਿਸਾਨਾਂ ਨੂੰ ਸੱਦ ਕੇ, ਪਿਛਲੇ ਸੀਜ਼ਨ ਦੇ ਵਿੱਚ ਹਰੇਕ ਝੋਨੇ ਦੀ, ਹਰੇਕ ਕਿਸਾਨ ਦੀ ਕੁਇੰਟਲ ਦੀ 5-5, 4-4 ਕਿਲੋ ਕਾਟ ਲੱਗ ਕੇ ਝੋਨਾ ਬਾਜ਼ਾਰ ਦੇ ਵਿੱਚ ਕਿਸਾਨ ਨੂੰ ਲੁੱਟਿਆ ਹੈ ਵਪਾਰੀਆਂ ਨੇ। ਕਿਉਂਕਿ ਜਦੋਂ ਝੋਨਾ ਨਵੰਬਰ 'ਚ ਜਾ ਕੇ ਪੱਕਿਆ, ਉਹਦਾ ਮੌਇਸਚਰ ਜਿਹੜੀ ਤੁਹਾਡੀ ਸਰਕਾਰ ਕਹਿੰਦੀ ਨਾ ਵੀ 17% ਵਾਲਾ ਖਰੀਦਾਂਗੇ, ਉਹ ਨਹੀਂ ਆਉਣਾ। 20 ਜੂਨ ਨੂੰ ਝੋਨਾ ਲੱਗ ਕੇ ਇਹ 17% ਨਵੀਂ ਨਵੰਬਰ 'ਚ ਜਾ ਕੇ ਨਹੀਂ ਆਉਣੀ। ਤੁਸੀਂ ਸਮਝਦਾਰ ਹੋ ਸਾਰੇ, ਉੱਪਰੋਂ ਅਸਮਾਨ ਦਾ ਅਤੇ ਰੁੱਤ ਦਾ ਕੀ ਹਾਲ ਹੁੰਦਾ। ਤਾਂ ਉਦੋਂ ਫਿਰ ਜਦੋਂ 20-25% ਨਵੀਂ ਵਾਲਾ ਝੋਨਾ ਅਸੀਂ ਮੰਡੀਆਂ 'ਚੋਂ ਖਹਿੜਾ ਛਡਾਉਣਾ ਨਾ, ਫਿਰ ਸਾਡੀ 10-10 ਕਿਲੋ ਕਿਸਾਨ ਸਾਡੇ ਕੋਲ 12-12, 13-13 ਕਿਲੋ ਕੁਇੰਟਲ ਦੀ ਕਾਟ ਦੇਣ ਵਾਲੇ ਸਾਡੇ ਕੋਲ ਆਏ। ਆਹ ਸਮੱਸਿਆਵਾਂ ਉਪਜਦੀਆਂ। ਅਸੀਂ ਇਹ ਗੱਲਾਂ ਨੂੰ, ਇਹ ਨਹੀਂ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਕਿਤੇ ਬਾਗੀ ਹੈ, ਅਸੀਂ ਬਾਗੀ ਨਹੀਂ ਹਾਂ। ਅਸੀਂ ਸਮਝਦੇ ਹਾਂ ਵਾਤਾਵਰਨ ਪ੍ਰਦੂਸ਼ਣ, ਸਾਡੇ ਬੱਚਿਆਂ ਨੇ ਸਾਰੀ ਲੈਣਾ ਕਿ ਅਸੀਂ ਨਹੀਂ ਲੈਣਾ। ਪਾਣੀ ਦੀ ਸਾਨੂੰ ਨਹੀਂ ਲੋੜ, ਸਾਡਾ ਖੂਨ ਹੈ ਪਾਣੀ। ਪਰ ਇਹ ਸਾਰੀਆਂ ਨੀਤੀਆਂ ਪਾਲਿਸੀਆਂ ਤੁਸੀਂ ਘੜਦੀਆਂ, ਨਵੀਂ ਖੇਤੀ ਦਾ ਨਾਰਾ ਦਿੱਤਾ ਹਰੇ ਇਨਕਲਾਬ ਦਾ, ਇਹਦੇ ਰਿਜ਼ਲਟਾਂ ਬਾਰੇ ਨਹੀਂ ਤੁਸੀਂ ਦੱਸੋ। ਜਿਹੜਾ ਤਾਂ ਨੈਗੇਟਿਵ ਰਿਜ਼ਲਟ ਹੈ ਉਹ ਕਿਸਾਨ ਨੇ ਕਰਤਾ, ਜਿਹੜਾ ਪੋਜ਼ਿਟਿਵ ਹੈ ਅਸੀਂ ਕਰਤਾ। ਇਹ ਸ਼੍ਰੀ ਮਾਨ ਜੀ ਬੈਠ ਕੇ ਮੰਚ 'ਤੇ ਗੱਲਾਂ ਸੁਣਿਆ ਕਰੋ, ਇਹ ਨਾ ਕਰਿਆ ਕਰੋ ਵੀ ਜਿਹੜੇ ਡਾਕਟਰ ਬੁਲਾਏ ਹੈ ਉਹ ਭੱਲਾ ਸਾਹਿਬ ਵਰਗੇ ਸਭ ਤਿੱਤਰ ਹੋ ਗਏ, ਸਾਨੂੰ ਪਤਾ ਸੀ ਜੋ ਉੱਪਰ ਭਿਰ ਹੋ ਰਹੀ ਸੀ ਵੀ ਹੁਣੇ ਭੱਜਣਗੇ। ਭੱਜਿਆ ਨਾ ਕਰੋ, ਬੈਠ ਕੇ ਗੱਲਾਂ ਸੁਣਿਆ ਕਰੋ। ਅਸੀਂ ਕੋਈ ਖਾਣ ਚੀਜ਼ ਨਹੀਂ, ਤੁਹਾਡੇ ਹੀ ਭਰਾ ਹੈ, ਤੁਹਾਡੇ ਹੀ ਕਿਸਾਨ ਹੈ, ਤੁਸੀਂ ਪੈਦਾ ਕੀਤਾ ਸਾਨੂੰ। ਹੁਣ ਉਹਦੇ ਵਿੱਚੋਂ ਜੋ ਕੁਛ ਉਪਜਦਾ ਉਹ ਅਸੀਂ ਸਮੱਸਿਆਵਾਂ ਤੁਹਾਨੂੰ ਦੱਸਣਗੇ, ਨਹੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਨੀਆਂ। ਯਾਰ ਕਿਉਂ ਇਸ ਤਰ੍ਹਾਂ ਕਰਦੇ ਹੋ ਤੁਸੀਂ? ਕੋਈ ਗੱਲ ਨਹੀਂ। ਹਾਂ, ਜਿਹੜੀ ਸਬਸਿਡੀ ਹੈ ਹਰੇਕ ਚੀਜ਼ 'ਤੇ ਉਹ 50% ਕਹਿ ਦਿੰਦੇ, ਮਿਲਦੀ 30% ਹੈ ਸਾਡੇ ਕਿਸਾਨਾਂ ਨੂੰ। ਸਾਰੀਆਂ ਗੱਲਾਂ ਜਿਹੜੀਆਂ, ਫਿਰ ਗਿਰੀਨ ਟ੍ਰਿਬਿਊਨਲ ਦਾ ਫੈਸਲਾ ਕੀ ਆ, ਤੁਹਾਡੀ ਜਿਹੜੀ ਮਸ਼ੀਨਰੀ ਹੈ ਉਹ ਪੂਰੀ ਦੀ ਪੂਰੀ ਹਰੇਕ ਕਿਸਾਨ ਨੂੰ ਉਹ ਕਹਿੰਦੇ ਆ ਵੀ ਉਪਲਬਧ ਕਰਾਉਣੀ ਹੈ ਛੋਟੇ ਵੱਡੇ ਨੂੰ। ਓਡੇ ਵੱਡੇ ਪੱਧਰ 'ਤੇ ਤੁਹਾਡੀ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਥੱਲੇ, ਔਰ ਅੱਜ ਤੁਸੀਂ ਸਾਡੇ ਕਿਸਾਨ ਦੀ ਜਿਹੜੀ ਦਸ਼ਾ ਨੂੰ ਸਮਝ ਰਹੇ ਹੋ। ਡਾਕਟਰ ਸਾਹਿਬ ਹਰਿਆਣੇ ਵਾਲੇ ਪਹਿਲਾਂ ਦੱਸ ਕੇ, ਮੈਨੂੰ ਉਹਨਾਂ ਦਾ ਨਾਮ ਵਿਸਰ ਜਾਂਦਾ, ਉਹ ਦੱਸ ਗਏ ਪਹਿਲਾਂ ਹਰੇਕ ਫਸਲ 'ਤੇ ਸਾਨੂੰ ਘਾਟਾ ਪੈ ਰਿਹਾ। ਅਤੇ ਜਿਹੜੇ ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਵੀ ਖਰਚੇ ਘਟਾ ਲਓ ਕਿਸਾਨੋ, ਖਰਚੇ ਘਟਾ ਲਓ, ਅਤੇ ਫਿਰ ਹੁਣ ਆ ਪਰਾਲੀ ਵਾਲਾ ਤੁਸੀਂ ਸਾਡਾ ਖਰਚਾ ਘਟਾ ਕੇ ਗਏ ਕਿ ਵਧਾ ਕੇ ਗਏ, ਇਹਦਾ ਜਵਾਬ ਦੇ ਦਿਓ ਸਾਨੂੰ। ਦੂਸਰੀ ਗੱਲ ਜਿਹੜਾ ਹੈਗਾ ਸਾਥੀਓ, ਜੋ ਡਾਕਟਰ ਸਾਹਿਬ ਤੁਸੀਂ ਯੂਨੀਵਰਸਿਟੀਆਂ ਨੇ ਸਾਨੂੰ ਦੇਤਾ, ਅਸੀਂ ਉਹ ਅਪਣਾਇਆ ਔਰ ਉਹਨੂੰ 4 ਚੰਨ ਲਾ ਕੇ ਵਿਖਾਏ, ਉਹਨੂੰ ਅਸੀਂ ਕੋਈ ਨਹੀਂ ਧਿਆਨ ਕੇਂਦਰਿਤ ਰੱਖੋ, ਇੱਧਰ ਕੋਈ ਗੱਲ ਨਹੀਂ, ਉਹਨੂੰ ਅਸੀਂ 4 ਚੰਨ ਲਾ ਕੇ ਵਿਖਾਏ, ਪਰ ਜਿੱਥੇ ਸਾਡਾ ਸ਼ੋਸ਼ਣ ਹੋਇਆ ਅਸੀਂ ਲੁੱਟੇ ਗਏ ਪੱਟੇ ਗਏ, ਕਿਸੇ ਨੇ ਧਿਆਨ ਨਹੀਂ ਦਿੱਤਾ। ਤੁਸੀਂ ਵੱਧ ਝਾੜ ਵਾਲੀਆਂ ਫਸਲਾਂ ਲੈਂਦੀਆਂ ਸੀ ਅਪਣਾਈਆਂ, ਜਿਹੜਾ ਕਿੱਲਾ ਕਿਤੇ 5-5, 10-10 ਮਣ ਝਾੜ ਦਿੰਦਾ ਸੀ, ਅਸੀਂ 300 ਮਣ ਤੱਕ ਝਾੜ ਲੈ ਗਏ ਸਾਲਾਨਾ ਉਹਦਾ। ਤੁਸੀਂ ਸਾਨੂੰ ਬੜਾ ਬੜਾ ਕੁਛ ਹੋਰ ਲਿਆ ਕੇ ਦਿੱਤਾ, ਡੇਅਰੀ ਫਾਰਮਿੰਗ ਲਿਆ ਤਾ, ਵਿਦੇਸ਼ੀ ਗਾਈਆਂ ਲਿਆਤੀਆਂ, ਅਸੀਂ ਦੁੱਧ ਦੀਆਂ ਨਦੀਆਂ ਵਗਾਤੀਆਂ। ਮੈਂ ਹਰੇਕ ਸਟੇਜ ਤੋਂ ਗੱਲ ਕਰਦਾ ਇਹ,
ਹੋਇਆ ਕੀ? ਅੱਜ ਡੁਪਲੀਕੇਟ ਦੁੱਧ ਦੀ ਬਾਜ਼ਾਰ ਦੇ ਵਿੱਚ ਭਰਮਾਰ ਹੈ। ਸਾਡੇ ਪੈਦਾ ਕੀਤੇ ਦੁੱਧ ਨੂੰ ਕੋਈ 5 ਪੈਸੇ ਖਰੀਦਣ ਲਈ ਤਿਆਰ ਨਹੀਂ। ਇਹ ਕੱਲੀਆਂ ਖੋਜਾਂ ਕਰਕੇ ਤੇ ਕੇਵਲ ਸਾਡੇ ਤੇ ਮਰਨੀਆਂ ਯਾਰ। ਇਹ ਜਦੋਂ ਅਸੀਂ ਇਹੋ ਜਿਹੀਆਂ ਸਟੇਜਾਂ ਤੇ ਇਹੋ ਜਿਹੇ ਤੁਹਾਡੇ ਖੋਜ ਕੇਂਦਰਾਂ ਤੇ ਪ੍ਰਚਾਰਾਂਗੇ ਨਹੀਂ ਤਾਂ ਇਹਨਾਂ ਦਾ ਹੱਲ ਕਿਵੇਂ ਹੋਊਗਾ? ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਅਸੀਂ ਉਹਨਾਂ ਗੱਲਾਂ 'ਚ ਉਹਨਾਂ ਲੋਕਾਂ 'ਚੋਂ ਨਹੀਂ ਹਾਂ ਵੀ ਕੋਈ ਇੱਥੇ ਹਾਲਾਤ ਖਰਾਬ ਕਰਨ ਦੀ ਭਾਵਨਾ ਨਾਲ ਆਏ ਹੋ। ਸ਼ਾਇਦ ਤੁਸੀਂ ਖਰਾਬ ਕਰਨਾ ਦਿਓ, ਤੁਸੀਂ ਹਾਲਾਤ ਖਰਾਬ ਕਰਨਾ ਦਿਓ, ਅਸੀਂ ਭਾਵਨਾ 'ਚ ਨਹੀਂ ਹਾਂ ਉਸ 'ਚ। ਬੈਠ ਜਾਓ ਆਰਾਮ ਨਾਲ। ਤੁਸੀਂ ਹਾਲਾਤ ਖਰਾਬ ਕਰਵਾ ਨਾ ਦਿਓ, ਅਸੀਂ ਨਹੀਂ ਕਰਨੇਗੇ। ਮੈਂ ਮੁੱਦੇ 'ਤੇ ਗੱਲ ਕਰ ਰਿਹਾ, ਮੁੱਦੇ 'ਤੇ ਗੱਲ ਕਰ ਰਿਹਾ। ਤਾਂ ਇਹ ਸਾਡੀਆਂ ਸਮੱਸਿਆ, ਮੈਂ ਇਹਨਾਂ ਚੀਜ਼ਾਂ ਦਾ ਠੋਸ ਜਵਾਬ ਦੇ ਕੇ ਜਾਓ ਵੀ ਅੱਜ ਖੇਤੀ ਦਾ ਕੀ ਹਾਲ ਹੈ, ਅਤੇ ਤੁਸੀਂ ਅਜਿਹੇ ਫੈਸਲੇ ਜਿਹੜੇ ਸਾਡੇ 'ਤੇ ਮੜ ਕੇ ਤੁਰ ਜਾਂਦੇ ਹੋ ਯਾਰ। ਤਾਂ ਆਓ ਜੀ, ਹੁਣ ਤੁਸੀਂ ਆਪਣੀ ਗੱਲ ਰੱਖ ਲਓ।